ਬਹੁਤ ਸਤਿਕਾਰਯੋਗ ਪ੍ਰਿੰਸੀਪਲ ਮੈਮ, ਮੇਰੇ ਅਧਿਆਪਕ ਸਾਥੀਓ ਅਤੇ ਪਿਆਰੇ ਬੱਚਿਓ, ਅਤੇ ਨਾਲ ਬੱਚਿਆਂ ਦਾ ਉਤਸ਼ਾਹ ਵਧਾਉਣ ਵਾਸਤੇ ਉਹਨਾਂ ਦੇ ਜੋ ਪੇਰੈਂਟਸ ਆਏ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਇਹ ਪਹਿਲਾਂ ਵੀ ਅਨਾਊਂਸਮੈਂਟ ਕੀਤੀ ਸੀ, ਆਪਣੇ ਸਟਾਫ ਵਿੱਚ ਵੀ ਸਾਰਿਆਂ ਨਾਲ ਸਲਾਹ ਕੀਤੀ ਗਈ ਆ ਕਿ ਬੱਚਿਆਂ ਨੂੰ, ਜਿਹੜੇ ਬੱਚੇ ਪੜ੍ਹਦੇ ਆ ਉਹਨਾਂ ਬੱਚਿਆਂ ਦਾ ਉਤਸ਼ਾਹ ਵਧਾਉਣ ਵਾਸਤੇ ਕੁਝ ਨਾ ਕੁਝ ਕੀਤਾ ਜਾਵੇ, ਕਿਉਂਕਿ ਚਲੋ ਬੱਚੇ ਪੜ੍ਹਦੇ ਆ, ਜੇ ਬੱਚਾ ਪੜ੍ਹੇਗਾ ਉਹਦਾ ਜਿਹੜਾ ਫਾਇਦਾ ਹੋਣਾ ਬੱਚੇ ਨੂੰ, ਆਪਣਾ ਫਾਇਦਾ ਬੱਚੇ ਨੂੰ ਆਪ ਹੀ ਹੋਣਾ ਆ, ਕਿਉਂਕਿ ਜਦੋਂ ਬੱਚਾ ਪਲੱਸ ਟੂ ਕਰਦਾ, ਬਾਅਦ 'ਚ ਕੋਈ ਕੋਰਸ ਕਰਦਾ ਜਾਂ ਹੋਰ ਅੱਗੇ ਵੱਧਦਾ ਆ, ਉਹ ਬੱਚੇ ਦਾ ਫਾਇਦਾ ਬੱਚੇ ਦਾ ਆਪਣਾ ਹੀ ਹੁੰਦਾ ਆ। ਬਸ ਇਹ ਹੁੰਦਾ ਕੀ ਆ, ਜਿਹੜੇ ਟੀਚਰ ਆ ਉਹਨਾਂ ਦਾ ਨਾਂ ਰੋਸ਼ਨ ਇਸ ਕਰਕੇ ਹੁੰਦਾ ਕਿ ਉਹ ਜਦੋਂ ਪੁੱਛਦੇ ਆ ਵੀ ਤੂੰ ਕਿੱਥੋਂ ਪੜ੍ਹਿਆ, ਫਿਰ ਉਹ ਬੱਚਾ ਆਪਣੇ ਪਿੰਡ ਦਾ ਨਾਂ ਦੱਸਦਾ, ਆਪਣੇ ਸਕੂਲ ਦਾ ਨਾਂ ਦੱਸਦਾ, ਫਿਰ ਕਹਿੰਦੇ ਤੁਹਾਡੇ ਟੀਚਰ ਕਿਹੜੇ ਆ, ਟੀਚਰਾਂ ਦਾ ਨਾਂ ਦੱਸਦਾ। ਇਸ ਤਰ੍ਹਾਂ ਪਿੰਡ ਦਾ ਨਾਂ, ਸਕੂਲ ਦਾ ਨਾਂ, ਪੇਰੈਂਟਸ ਦਾ ਨਾਂ ਤੇ ਨਾਲ ਟੀਚਰ ਦਾ ਨਾਂ, ਸਾਰਿਆਂ ਦਾ ਨਾਂ ਚਮਕਦਾ ਆ ਜੇਕਰ ਬੱਚਾ ਕੋਈ ਚੰਗਾ ਕੰਮ ਕਰੇ। ਜੇ ਬੱਚਾ ਮਾੜਾ ਕੰਮ ਕਰਦਾ ਆ ਤੇ ਫਿਰ ਉਹ ਸਾਰਿਆਂ ਦਾ ਨੁਕਸਾਨ ਹੁੰਦਾ, ਸਾਰਿਆਂ ਨੂੰ ਗੱਲਾਂ ਸੁਣਨੀਆਂ ਪੈਂਦੀਆਂ। ਤੇ ਆਪਾਂ ਇਹ ਕਰ ਰਹੇ ਹਾਂ, ਜਿਹੜਾ ਬੱਚਾ ਚੰਗਾ ਕਰਦਾ ਆ ਉਹਨੂੰ ਥੋੜਾ ਜਿਹਾ ਉੱਪਰ ਆਪਾਂ ਚੁੱਕੀਏ ਜਾਂ ਉਹਨੂੰ ਥੋੜਾ ਜਿਹਾ ਐਪਰੀਸ਼ੀਏਟ ਕਰੀਏ ਤਾਂ ਕਿ ਬਾਕੀ ਬੱਚੇ ਵੀ ਉਸ ਵੱਲ ਵੇਖਣ ਤੇ ਉਸ ਦੀ ਨਕਲ ਕਰਕੇ ਤੇ ਉਹਦੇ ਮਤਲਬ ਉਹਦੇ ਵਾਂਗੂ ਬਣਨ ਦੀ ਕੋਸ਼ਿਸ਼ ਕਰਨ। ਜੇਕਰ ਆਪਾਂ ਬੱਚਿਆਂ ਨੂੰ ਉੱਪਰ ਚੁੱਕਾਂਗੇ, ਬੱਚਿਆਂ ਨੂੰ ਹਾਈਲਾਈਟ ਕਰਾਂਗੇ ਤੇ ਫਿਰ ਹੀ ਬੱਚੇ ਬਾਕੀ ਉਸ ਵੱਲ ਵੇਖ ਸਕਣਗੇ। ਤੇ ਜੇਕਰ ਬੱਚਾ ਲੁਕਿਆ ਰਿਹਾ ਜੇ ਚੰਗਾ ਪੜ੍ਹਨ ਵਾਲਾ ਤੇ ਫਿਰ ਉਸਦਾ ਉਹਨੂੰ ਫਾਇਦਾ ਹੋ ਸਕਦਾ ਪਰ ਬਾਕੀਆਂ ਨੂੰ ਫਾਇਦਾ ਨਹੀਂ ਹੋ ਸਕਦਾ। ਆਪਾਂ ਇਹ ਚਾਹੁੰਦੇ ਹਾਂ ਵੀ ਜਿਹੜਾ ਬੱਚਾ ਇੱਕ ਪੜ੍ਹਦਾ ਆ ਉਹਦੇ ਵੱਲ ਵੇਖ ਕੇ ਬਾਕੀ ਬੱਚੇ ਵੀ ਪੜ੍ਹਨ, ਠੀਕ ਆ। ਇਹ ਆ ਮੇਰਾ ਮੈਸੇਜ, ਇਸ ਕਰਕੇ ਆਪਾਂ ਚਲੋ ਸਤਿਗੁਰੂ ਮਿਹਰ ਕੀਤੀ ਆ, ਸਾਰੇ ਟੀਚਰਾਂ ਰਲ ਕੇ ਆਪਾਂ ਇਹ ਕੰਮ ਕਰਨ ਲੱਗੇ ਹਾਂ ਕਿ ਬੱਚੇ ਵੱਧ ਤੋਂ ਵੱਧ ਪੜ੍ਹਨ, ਕਿਉਂਕਿ ਪੜ੍ਹਨ ਦੀ ਰੁਚੀ ਬੱਚਿਆਂ ਵਿੱਚ ਘਟਦੀ ਜਾ ਰਹੀ ਹੈ। ਬੱਚੇ ਕਹਿੰਦੇ ਪਲੱਸ ਟੂ ਕਰਨੀ ਆ, ਫਿਰ ਬਾਅਦ 'ਚ ਬੜੇ ਜ਼ੋਰ ਨਾਲ ਆਈਲੈਟਸ ਕਰਕੇ ਤੇ ਬਾਹਰ ਚਲ ਜਾਂਦੇ ਆ। ਇਹ ਕੋਈ ਚੰਗੀ ਗੱਲ ਨਹੀਂ ਹੈਗੀ, ਬਾਹਰ ਜਾ ਕੇ ਇਹਨਾਂ ਨੇ 1 ਲੱਖ ਰੁਪਇਆ ਦੇ ਕੇ, ਹੁਣ ਇੱਕ ਬੱਚੇ ਦਾ ਨਾਂ ਆ ਵੀ 40 ਲੱਖ ਰੁਪਇਆ ਬੱਚੇ ਨੇ ਬਾਹਰ ਖਰਚਿਆ ਆ, ਉੱਥੇ ਬੱਚੇ ਨੂੰ ਕੋਈ ਨੁਕਸ ਪੈ ਗਿਆ, ਲੱਤਾਂ ਖਲੋ ਗਈਆਂ, ਉਹ ਹੁਣ ਦੇਸ਼ ਵਾਲੇ ਕਹਿ ਰਹੇ ਆ ਵੀ ਤੂੰ ਚਲ ਜਾ ਇੱਥੋਂ, ਮਤਲਬ ਉੱਥੇ ਇੰਨਾ ਪੈਸਾ ਖਰਚ ਕੇ ਗਿਆ ਤੇ ਕਹਿੰਦੇ ਵਾਪਸ ਚਲ ਜਾ। ਇਹ ਹਾਲ ਆ ਬਾਹਰਲੇ ਦੇਸ਼ਾਂ ਦਾ, ਕੋਈ ਸਾਡੇ ਉਹ ਮਿੱਤਰ ਨਹੀਂ ਹੈਗੇ, ਪਰ ਚਲੋ ਤੇ ਜੇਕਰ ਬੱਚੇ ਇੱਥੇ ਪੜ੍ਹਨਗੇ ਉਹ ਨੌਕਰੀਆਂ ਤੇ ਲੱਗ ਸਕਣਗੇ, ਇਸ ਕਰਕੇ ਆਪਾਂ ਇਹ ਕੰਮ ਕਰ ਰਹੇ ਹਾਂ। ਆਪਾਂ ਬੱਚਿਆਂ ਨੂੰ ਜੋ ਪ੍ਰਾਈਜ਼ ਦੇਣੇ ਆ ਉਹ ਆਪਾਂ ਲਿਸਟ ਤਿਆਰ ਕੀਤੀ ਆ ਸਾਰੇ ਬੱਚਿਆਂ ਦਾ। ਆਪਾਂ 10 ਅਪ੍ਰੈਲ ਨੂੰ ਟੈਸਟ ਲਿਆ ਸੀ, ਲਗਭਗ 10-15 ਦਿਨ ਪਹਿਲਾਂ ਬੱਚਿਆਂ ਨੂੰ ਅਨਾਊਂਸਮੈਂਟ ਆਪਾਂ ਕਰ ਦਿੱਤੀ ਸੀ ਵੀ ਇਹ ਬੱਚਿਆਂ ਦਾ ਟੈਸਟ ਹੋਏਗਾ। ਇਸ ਤੋਂ ਇਲਾਵਾ ਹੁਣ ਜਿਹੜੇ ਮੇਨ ਟੈਸਟ ਹੋਣਾ ਹੈ, ਇੱਕ ਹੋਏਗਾ ਸਤੰਬਰ ਵਿੱਚ, ਇੱਕ ਹੋਏਗਾ ਫਰਵਰੀ ਮਹੀਨੇ ਵਿੱਚ, ਉਹਦੀਆਂ ਡੇਟਸ ਬਾਅਦ ਵਿੱਚ ਅਨਾਊਂਸ ਕਰ ਦਿੱਤੀਆਂ ਜਾਣਗੀਆਂ। ਹੁਣ ਇਹ ਜੋ ਆਪਣਾ ਅੱਜ ਪ੍ਰਾਈਜ਼ ਦੇਣੇ ਆ, ਸਾਡੇ ਪ੍ਰਿੰਸੀਪਲ ਮੈਡਮ ਥੋੜਾ ਮੈਸੇਜ ਦੇਣ ਬੱਚਿਆਂ ਨੂੰ ਆਪਾਂ, ਤੇ ਪ੍ਰਾਈਜ਼ ਬਾਅਦ ਵਿੱਚ ਹੀ ਦੇਵਾਂਗੇ। ਸਤਿਕਾਰਯੋਗ ਮੈਡਮ ਮੰਗਲੇਸ਼ ਜੀ। Teachers and students, good morning. ਦੇਖੋ ਬੇਟਾ, ਤੁਹਾਡੇ ਜਿਹੜੇ ਸਰ ਹੈਗੇ ਆ ਦਲਜੀਤ ਸਿੰਘ ਸਰ, ਦੇਖੋ ਉਹਨਾਂ ਨੇ ਕਿੰਨਾ ਵਧੀਆ ਉਪਰਾਲਾ ਕੀਤਾ ਨਾ। ਤੁਸੀਂ ਵੀ ਆਪਣੇ ਆਪ ਮਿਹਨਤ ਜ਼ਿਆਦਾ ਤੋਂ ਜ਼ਿਆਦਾ ਕਰਨ ਦੀ ਕੋਸ਼ਿਸ਼ ਕਰਦੇ ਹੋ ਕਿ ਮੈਨੂੰ, ਮੈਂ ਫਸਟ ਪ੍ਰਾਈਜ਼ ਲੈ ਜਾ ਤਾਂ ਮੈਂ ਸੈਕਿੰਡ 'ਚ ਵੀ ਚਲੋ ਆ ਜਾ, ਹੈ ਨਾ। ਕਰਦੇ ਵੀ ਨੀ ਕੋਸ਼ਿਸ਼, ਔਰ ਸਾਰੇ ਹੀ ਬੱਚੇ ਕੋਸ਼ਿਸ਼ ਕਰੋ ਕਿ ਏਦਾਂ ਹੀ ਮਿਹਨਤ ਕਰੋ, ਕਿਉਂਕਿ ਜੋ ਸਰ ਨੇ ਐਫਰਟ ਕੀਤਾ ਨਾ ਤਾਂ ਬੇਟਾ ਤੁਹਾਡੇ ਬਿਨਾਂ ਸਕਸੈਸਫੁਲ ਨਹੀਂ ਹੋ ਸਕਦਾ, ਠੀਕ ਹੈ। ਤੁਸੀਂ ਮਿਹਨਤ ਕਰੋਗੇ, ਅੱਛੇ ਨੰਬਰ ਲਓਗੇ, ਔਰ ਕਿਤੇ ਨਾ ਕਿਤੇ ਤੁਹਾਡੀ ਆਦਤ ਬਣ ਜਾਏਗੀ। ਜੋ ਤੁਸੀਂ ਉਸ ਚੀਜ਼ ਲਈ ਪੜ੍ਹਾਈ ਕਰ ਰਹੇ ਹੋ ਨਾ, ਤੁਹਾਨੂੰ ਰੂਟੀਨ 'ਚ ਹੋਣਾ ਕਿ ਨਹੀਂ ਮੈਂ ਬਾਕੀ ਸਬਜੈਕਟ ਵੀ ਆਪਣੇ ਉਸੇ ਰੂਟੀਨ 'ਚ ਸਟੱਡੀ ਕਰ ਲਵਾਂ, ਤੇ ਤੁਹਾਡੇ ਫਿਰ ਕੀ ਹੋਏਗਾ,
ਕੱਲ ਨੂੰ ਤੁਹਾਡੀ ਕਲਾਸ ਦੇ ਵਿੱਚੋਂ ਵੀ ਫਸਟ ਆਉਣ ਦੇ ਚਾਂਸਸ ਹੈ, ਬੋਰਡ ਦੇ ਪੇਪਰਾਂ ਦੇ ਵਿੱਚੋਂ ਫਸਟ ਆਉਣ ਦੇ ਚਾਂਸਸ ਹੋ ਜਾਣਗੇ, ਹੋ ਜਾਣਗੇ ਕਿ ਨਹੀਂ? ਤੋ ਸਾਰੇ ਬੱਚੇ ਮਿਹਨਤ ਕਰੋਗੇ ਇਦਾਂ ਹੀ, ਤੇ ਸਰ ਲਈ ਵੀ ਕਲੈਪਿੰਗ ਕਰ ਦਿਓ ਕਿ ਉਹਨਾਂ ਨੇ ਇੰਨੇ ਐਫਰਟਸ ਕੀਤੇ। ਹਾਂਜੀ, ਜਿਹੜੇ ਬੱਚੇ ਮੈਂ ਉਦੋਂ ਆਪਣਾ ਅਨਾਊਂਸ ਕਰਿਆ ਹੈ ਨਾ, ਅਨਾਊਂਸ ਕੀਤਾ ਸੀ ਨਾ, ਹੁਣ ਉਹ ਜਿਹੜੇ ਬੱਚਿਆਂ ਦਾ ਮੈਂ ਨਾਮ ਬੋਲਣ ਲੱਗਾ ਉਹ ਸਾਰੇ ਬੱਚੇ ਉੱਪਰ ਆ ਜਾਣਗੇ। ਤੇ 6ਵੀਂ ਕਲਾਸ ਤੋਂ ਜਿਹੜੀ ਸਭ ਤੋਂ ਵਧੀਆ ਕਲਾਸ ਆ 6ਵੀਂ ਕਲਾਸ ਸਾਡੀ ਨਵੀਂ ਕਲਾਸ ਆ, ਉਹਨਾਂ ਵਿੱਚੋਂ ਇੱਕ ਕੁੜੀ ਆ, ਉਹਦਾ ਨਾਂ ਰੰਜਨਾ। ਅਦੇ ਸ਼ਾਬਾਸ਼, ਬੜੀ ਬੀਬੀ ਬੱਚੀ ਆ, ਕਿੰਨੀ ਪਿਆਰੀ ਵੇਖੋ। ਇਹ ਇਹਨੇ 7 ਨੰਬਰ ਲਏ 10 ਵਿੱਚੋਂ, ਤੇ ਇਹ ਕੁੜੀ ਫਸਟ ਆਈ ਆ 6ਵੀਂ ਕਲਾਸ ਵਿੱਚ। ਇੱਧਰ ਹਾਂ, ਇੱਕ ਮੁੰਡਾ ਆ ਅਭਿਜੋਤ ਸਿੰਘ ਆਇਆ। ਹਾਂਜੀ, ਇਹ ਮੁੰਡਾ 7.5 5.5 ਨੰਬਰ ਲਏ ਨੇ, ਇਹ ਮੁੰਡਾ ਸੈਕੰਡ ਆਇਆ। ਆਪਾਂ ਸਿਰਫ 2 ਬੱਚੇ ਆਪਾਂ ਕੱਢੇ ਨੇ, ਠੀਕ ਹੈ, ਅੱਗੇ ਕੋਸ਼ਿਸ਼ ਕਰਾਂਗੇ ਚਲੋ ਵੱਧ ਵੀ ਨਿਕਲ ਜਾਣ। ਇਹ ਮੁੰਡਾ ਨਾ ਪਹਿਲਾਂ ਸੰਗਦਾ ਸੀ, ਉਹ ਅੱਗੇ ਮਾਈਕ ਸਾਹਮਣੇ ਬੋਲਣ ਲੱਗਿਆ, ਬਾਅਦ ਵਿੱਚ ਵੀਡੀਓ ਬਣਾਈ, ਫਿਰ ਬੜੀ ਵਧੀਆ ਬਣ ਗਈ ਆ। ਤੇ ਆਪਾਂ ਕੀ ਕਰਨਾ, ਸਾਰੇ ਜਿਹੜੇ 6ਵੀਂ ਦੇ ਬੱਚੇ ਆ ਸਾਰਿਆਂ ਬੱਚਿਆਂ ਵਾਸਤੇ ਇੱਕ ਇੱਕ ਚਾਕਲੇਟ ਲਿਆਂਦੀ ਆ, ਠੀਕ ਆ, ਕਲੈਪਿੰਗ ਕਰ ਦਿਓ ਆਪਣੇ ਵਾਸਤੇ। ਹਾਂ ਸੁਣੋ ਗੱਲ, ਕੱਲੀ ਤੁਹਾਨੂੰ ਚਾਕਲੇਟ ਖਵਾਲਣੀ ਨਹੀਂ ਹੈਗੀ, ਤੁਹਾਡੇ ਸਾਰਿਆਂ ਨਾਲ ਆਪਾਂ ਗੱਲਬਾਤ ਕਰਨੀ ਆ, ਠੀਕ ਆ, ਸਾਰਿਆਂ ਨੇ ਆਪਣੀ ਵੀਡੀਓ ਰਿਕਾਰਡ ਕਰਨੀ ਆ। ਤੇ 7ਵੀਂ ਚ ਬੱਚੇ ਆਏ ਆ ਅਗਮਦੀਪ ਸਿੰਘ। ਇਹ ਮੁੰਡਾ ਬਹੁਤ ਇੰਟੈਲੀਜੈਂਟ ਹੈ, ਬਹੁਤ ਜ਼ਿਆਦਾ, ਇਹਨੇ ਪੂਰੇ ਦੇ ਪੂਰੇ ਨੰਬਰ ਲਏ ਆ, 10 ਵਿੱਚੋਂ 10 ਨੰਬਰ ਲਏ ਆ। ਅੱਗੇ ਕੁੜੀ ਆ ਰੰਜਨਾ, ਅੰਜਨਾ, ਇਹ ਬੇਟੀ ਨੇ ਸਿਰਫ ਇੱਕੋ ਸਵਾਲ ਗਲਤ ਹੋਇਆ, ਉਹ ਵੀ ਗਲਤ ਨਹੀਂ ਹੈਗਾ, ਚਲੋ ਆਪਾਂ ਗਲਤ ਕਰਨਾ ਪਿਆ, ਉਹ ਤਕਸੀਮ ਦਾ ਸਵਾਲ ਸੀ ਤੇ ਉਹਨੇ ਬਿਲਕੁਲ ਮਤਲਬ ਆਨਸਰ ਥੋੜਾ ਜਿਹਾ ਫਰਕ ਪਿਆ, ਪਰ ਚਲੋ ਫਿਰ ਆਪਾਂ ਫਿਰ ਗਲਤ, ਕਿਉਂਕਿ ਗਲਤ ਗਲਤ ਹੀ ਹੁੰਦਾ ਆ, ਸਿਰਫ 1 ਨੰਬਰ ਘਟਾਇਆ। ਅੱਗੇ ਆ ਗਿਆ ਮੁੰਡਾ ਰਾਜਵੀਰ ਸਿੰਘ। ਹਾਂਜੀ, ਇਹ 7th ਕਲਾਸ, ਇਹ ਮੁੰਡੇ ਨੇ ਇਹਦਾ ਆਪਣਾ ਇਹਦਾ ਨੰਬਰ ਆਇਆ 8.5, ਯਾਨੀ ਕਿ ਉਹਨਾਂ ਦਾ ਬਰਾਬਰ ਹੀ ਆ। ਤੇ ਪਹਿਲਾਂ ਮੈਂ ਸੋਚਿਆ ਵੀ ਸਿਰਫ ਉਹਨੂੰ ਪ੍ਰਾਈਜ਼ ਦੇਣਾ ਹੈ ਹਨਾ, ਕਿਉਂਕਿ 2 ਬੱਚੇ ਰੱਖੇ ਆ, ਪਰ ਫਿਰ ਮੈਂ ਸੋਚਿਆ ਵੀ ਅੱਧਾ ਨੰਬਰ ਘਟਿਆ ਤੇ ਹਨਾ, ਇਸ ਕਰਕੇ ਫਿਰ ਇਹਨੂੰ ਵੀ ਆਪਾਂ ਥੋੜਾ ਜਿਹਾ ਛੋਟਾ ਇਨਾਮ ਦੇ ਦਾਂਗੇ ਬਾਕੀਆਂ ਨਾਲੋਂ। 8ਵੀਂ ਵਿੱਚ ਆਇਆ ਅਸਮੀਤ ਕੌਰ, ਚੈਂਚਲ ਸਿੰਘ ਦੀ ਬੇਟੀ ਆ। ਅੱਗੇ ਮੁੰਡਾ ਆ ਗਿਆ ਲਵਪ੍ਰੀਤ ਸਿੰਘ, ਇਹਨਾਂ ਦੋਵਾਂ ਬੱਚਿਆਂ ਦੇ 8-8 ਨੰਬਰ ਆਏ ਆ, ਠੀਕ ਆ, ਯਾਨੀ ਕਿ ਦੋਨੋਂ ਹੀ ਫਸਟ ਨੇ, ਦੋਨੋਂ ਹੀ ਸੈਕੰਡ ਆ। ਅੱਗੇ ਆ ਗਈ ਕਲਾਸ 10ਵੀਂ ਕਲਾਸ, 10ਵੀਂ ਵਿੱਚੋਂ ਬੱਚੇ ਘੱਟ ਹੀ ਆਉਂਦੇ ਅਜੇ ਤੱਕ, ਤੇ ਇੱਕ ਪਰ ਇਹਨਾਂ ਜਿਹੜੇ 10ਵੀਂ ਵਾਲੇ ਬੱਚੇ ਆ ਇਹਨਾਂ ਦੇ ਨੰਬਰ ਸਭ ਤੋਂ ਘੱਟ ਆਏ ਨੇ, 10ਾਂ ਵਿੱਚੋਂ 6 ਨੰਬਰ ਆਏ, 4 ਨੰਬਰ ਆਏ ਰਾਧਿਕਾ ਬੇਟੀ ਹੈਗੀ। ਰਾਧਿਕਾ ਨਹੀਂ ਆਈ, ਚਲੋ ਅੱਗੇ ਆ ਗਏ 2 ਕੁੜੀਆਂ ਆਈਆਂ, ਦੋਵਾਂ ਦੇ ਨੰਬਰ ਆਏ ਆ 2-2, ਇੱਕ ਦਾ ਨਾਂ ਆ ਜਪਨਪ੍ਰੀਤ ਕੌਰ, ਇੱਕ ਦਾ ਨਾਂ ਸੁਨੇਹਾ ਹੈਗੀਆਂ। ਨੰਬਰ ਇਹਨਾਂ ਦੇ 2-2 ਨੰਬਰ ਆਏ ਆ, ਪਰ ਨੰਬਰ ਘੱਟ, ਪਰ ਫਿਰ ਵੀ ਆਪਾਂ ਕਿਹਾ ਸੀ ਜਿਹੜੇ ਬੱਚੇ ਫਸਟ ਆਉਣਗੇ ਸੈਕੰਡ, ਨੰਬਰ ਨਹੀਂ ਆਪਾਂ ਵੇਖਣੇ, ਆਪਾਂ ਵੇਖਣੇ ਕਿਹੜੇ ਫਸਟ ਆਏ ਕਿਹੜੇ ਸੈਕੰਡ ਆਏ, ਕੱਲੀ ਰਾਧਿਕਾ ਨਹੀਂ ਆਈ ਬਸ, ਬਾਕੀ ਸਾਰੇ ਬੱਚੇ ਆ ਗਏ ਆ। ਤੇ ਆਪਾਂ ਹੁਣ ਇਹਨਾਂ ਨੂੰ ਬੱਚਿਆਂ ਨੂੰ ਪ੍ਰਾਈਜ਼ ਦੇਵਾਂਗੇ, ਠੀਕ ਆ, ਤੇ ਜਿਹੜੇ ਬਾਕੀ ਬੱਚੇ 6ਵੀਂ ਦੇ ਨੇ ਉਹਨਾਂ ਨੂੰ ਬਾਅਦ ਵਿੱਚ ਆਪਾਂ ਫਿਰ ਚਾਕਲੇਟ ਦੇਵਾਂਗੇ ਸਾਰਿਆਂ ਨੂੰ ਇੱਥੇ ਲਾ ਕੇ। ਹਾਂਜੀ, ਇੱਕ ਰਹਿੰਦਾ ਨਾ ਆਈ ਨਹੀਂ ਕੁੜੀ, ਉਹ ਮੁੰਡਾ ਪਰਲਾ ਉਮੜੇ ਵਾਸਤੇ ਆ, ਜਿਹੜਾ ਸੈਕ ਓਪਨ ਆ, ਜਿਹੜਾ ਤੀਸਰੇ ਨੰਬਰ ਤੇ ਆ। ਹਾਂਜੀ, ਬਾਕੀ ਸਾਰਿਆਂ ਨੂੰ ਚਲੋ ਆ ਜਾ, ਮੈਂ ਉਹ ਫੋਟੋ ਖਿੱਚੀ ਆ ਓਏ, ਸਾਹਮਣੇ ਆ ਸਾਹਮਣੇ ਆ, ਫੋਟੋ ਬਾਅਦ ਚ ਕਰਨਾ, ਤੇ ਫਿਰ ਮੈਂ ਜਾਣਾ, ਮੈਂ ਜਾਣਾ ਹਾਂਜੀ, ਇਹ ਫੜਾ ਜੀ। ਹਾਂ।
ਨਾ ਫੋਟੋ ਕਲਿੱਕ ਕਰੀ ਜਾ ਚੰਗਾ ਨਾਲ ਹੋ ਜਾਂਦੀ ਹੈ ਨਾਲ ਹੀ ਹੋ ਜਾਂਦੀ ਹੈ ਅੱਗੇ ਚਲ ਬੇਟਾ ਕਿੰਗੇ ਉਹ ਤੋਂ ਉੱਥੇ ਰਾਮ ਨੂੰ ਉੱਥੇ ਇੱਥੇ ਰੱਖੋ 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 ਉੱਥੇ ਰੱਖੋ ਸਪੈਸ਼ਲ ਬਰੇਕ ਦੋਵੇਂ ਸੈਕਿੰਡ ਹਾਂਜੀ ਇਹ ਦੋਵਾਂ ਇਕੱਠੇ ਤੇ ਰਹਿੰਦਾ ਬੱਚੇ ਜਿਵੇਂ ਬੀਤੇ ਦਿਨ ਸਾਡੇ ਸਕੂਲ ਵਿੱਚ ਟੈਲੈਂਟ ਹੰਟ ਟੈਸਟ ਜਿਸ ਦੇ ਵਿੱਚ ਤੁਹਾਡੀ ਪੜ੍ਹਾਈ ਲਿਖਾਈ ਦੇ ਨਾਲ ਤੁਹਾਡੀ ਨੌਲੇਜ ਨੂੰ ਜੱਜ ਕੀਤਾ ਗਿਆ ਸੋ ਬੜੀ ਖੁਸ਼ੀ ਦੀ ਗੱਲ ਆ ਬੱਚਿਆਂ ਨੇ ਪਾਰਟੀਸਪੇਟ ਕੀਤਾ ਔਰ ਪੋਜੀਸ਼ਨਾਂ ਲਈਆਂ ਸੋ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਸਾਡੇ ਵਾਸਤੇ ਇਹ ਆ ਕਿ ਸਾਡੇ ਸਾਇੰਸ ਅਧਿਆਪਕ ਰਣਜੀਤ ਸਿੰਘ ਜਿਨ੍ਹਾਂ ਨੇ ਇਹ ਸਾਰਾ ਬੇੜਾ ਚੁੱਕਿਆ ਕਿ ਮੈਂ ਆਪਣੇ ਤੌਰ 'ਤੇ ਸਾਰਾ ਕਰਨਾ ਉਹਨਾਂ ਨੇ ਬੜੇ ਵਧੀਆ ਤਰੀਕੇ ਦੇ ਨਾਲ ਸਾਰੇ ਟੈਸਟ ਨੂੰ ਦੂਸਰੇ ਅਧਿਆਪਕ ਸਾਥੀਆਂ ਦੇ ਸਹਿਯੋਗ ਦੇ ਨਾਲ ਇਸ ਟੈਸਟ ਨੂੰ ਕੰਡਕਟ ਕੀਤਾ ਪੂਰਾ ਸੰਚਾਲਨ ਕੀਤਾ ਰੂਪਰੇਖਾ ਤਿਆਰ ਕੀਤੀ ਦਾ ਰਿਜ਼ਲਟ ਡਿਕਲੇਅਰ ਕੀਤਾ ਔਰ ਅੱਜ ਉਹ ਜਿਹੜੇ ਬੱਚੇ ਜਿਨ੍ਹਾਂ ਨੇ ਵਧੀਆ ਨੰਬਰ ਲਏ ਉੱਪਰਲੀਆਂ ਪੁਜੀਸ਼ਨਾਂ ਲਈਆਂ ਉਹਨਾਂ ਨੂੰ ਜੋ ਵੀ ਦੇ ਸਕਦੇ ਹਾਂ ਇਨਾਮ ਦੀ ਅਤੇ ਪੰਜਾਬੀ ਕਹਾਵਤ ਹੈ ਕਿ ਚਪੇੜ ਵੀ ਮਾਣ ਨਹੀਂ ਹੁੰਦੀ ਠੀਕ ਹੈ ਸੋ ਇਹ ਇਨਾਮ ਜਿਹੜਾ ਹੈ ਇਹ ਵੇਖਣ ਨੂੰ ਛੋਟਾ ਆ ਖਾਧਾ ਜਾਣਾ ਆ ਪਰ ਨਹੀਂ ਇਹ ਯਾਦ ਰਹਿਣਾ ਹਮੇਸ਼ਾ ਸੋ ਇਹ ਜਿਹੜੀ ਯਾਦਗਿਰੀਆਂ ਨੇ ਉਹਨਾਂ ਵਿੱਚ ਇੱਕ ਸ਼ਾਮਿਲ ਹੋਣਾ ਕਿ ਆਪਾਂ ਟੈਸਟ ਦੇ ਵਿੱਚ ਵਧੀਆ ਨੰਬਰ ਲਏ ਸੀ ਅਤੇ ਸਾਨੂੰ ਇਨਾਮ ਪ੍ਰਾਪਤ ਹੋਇਆ ਕਿ ਚੋਕਲੇਟ ਔਰ ਜਿਹਦੇ ਨਾਲ ਸਾਨੂੰ ਅੰਦਰ ਭਾਵਨਾ ਪੈਦਾ ਹੋਈ ਕਿ ਆਪਾਂ ਹੋਰ ਟੈਸਟ ਦੀ ਤਿਆਰੀ ਕਰਨੀ ਆ ਹੋਰ ਅੱਗੇ ਨਿਕਲਣਾ ਆ ਸੋ ਮੇਰੀ ਸਾਰੇ ਅਧਿਆਪਕ ਸਾਹਿਬਾਨ ਨੂੰ ਇਹੋ ਬੇਨਤੀ ਆ ਕਿ ਆਪਣੀ ਹਰ ਜਮਾਤ ਦੇ ਵਿੱਚੋਂ ਇੱਕ ਵੱਖਰੀ ਕਾਪੀ ਲਗਾ ਕੇ ਪੰਜ ਪੰਜ ਵਿਦਿਆਰਥੀ ਜਾਂ 10-10 ਵਿਦਿਆਰਥੀ ਜਿਹੜੇ ਕਿਸੇ ਵੀ ਫੀਲਡ ਵਿੱਚ ਅੱਗੇ ਨੇ ਡਰਾਇੰਗ ਵਿੱਚ ਹੋ ਸਕਦੇ ਨੇ ਆਪਣੀ ਸਾਇੰਸ ਐਕਟੀਵਿਟੀ 'ਚ ਹੋ ਸਕਦੇ ਨੇ ਆਪਣੀਆਂ ਦੌੜਾਂ ਵਿੱਚ ਹੋ ਸਕਦੇ ਨੇ ਆਪਣੇ ਫਿਜ਼ੀਕਲ ਫਿਟਨੈਸ ਦੇ ਵਿੱਚ ਹੋ ਸਕਦੇ ਨੇ ਉਹਨਾਂ ਦੀ ਇੱਕ ਵੱਖਰੀ ਲਿਸਟ ਤਿਆਰ ਕਰਕੇ ਆਪਣੇ ਕੋਲ ਰੱਖੋ ਤਾਂ ਕਿ ਜਦੋਂ ਜ਼ਰੂਰਤ ਪੈਂਦੀ ਆ ਉਹ ਉਸੇ ਹਿਸਾਬ ਨਾਲ ਵਿਦਿਆਰਥੀਆਂ ਨੂੰ ਇਕੱਠਿਆਂ ਕਰਕੇ ਆਪਾਂ ਉਹਨਾਂ ਦਾ ਅੱਗੇ ਕੰਪੀਟੀਸ਼ਨ ਵਾਸਤੇ ਕਰ ਸਕੀਏ ਕਿਉਂਕਿ ਸਾਨੂੰ ਕਿਸੇ ਵੇਲੇ ਥੋੜ੍ਹਾ ਟਾਈਮ ਮਿਲਦਾ ਬੱਚਿਆਂ ਨੂੰ ਟੈਲੈਂਟ ਪਰਖਣ ਵਾਸਤੇ ਪਰ ਹੁਣ ਸਾਡੇ ਕੋਲ ਸਮਾਂ ਹੈ ਅਸੀਂ ਇਹ ਕਰ ਸਕਦੇ ਹਾਂ ਅਤੇ ਜੇਕਰ ਆਪਾਂ ਇਹਨੂੰ ਸਹੀ ਤਰੀਕੇ ਦੇ ਨਾਲ ਕੀਤਾ ਹੋਏਗਾ ਆਪਾਂ ਵਧੀਆ ਤਰੀਕੇ ਦੇ ਨਾਲ ਮੌਕੇ ਦੇ ਉੱਤੇ ਜਿਸ ਤਰ੍ਹਾਂ ਦਾ ਕੋਈ ਕੰਪੀਟੀਸ਼ਨ ਆਉਂਦਾ ਆ ਉਹਦੇ ਵਿੱਚ ਉਸੇ ਨਾਲ ਰਿਲੇਟਡ ਜਿਹੜੇ ਆਪਾਂ ਬੱਚਿਆਂ ਨੂੰ ਭੇਜ ਸਕੀਏ ਸੋ ਬੜੀ ਖੁਸ਼ੀ ਦੀ ਗੱਲ ਹੈ ਸੋ ਮੈਂ ਵਧਾਈ ਦਿੰਦਾ ਸਾਰੇ ਸਟਾਫ ਨੂੰ ਸਰਦਾਰ ਦਲਜੀਤ ਸਿੰਘ ਹੋਰਾਂ ਨੂੰ ਸਮੂਹ ਅਧਿਆਪਕ ਸਾਥੀਆਂ ਨੂੰ
ਕਿ ਜਿਨ੍ਹਾਂ ਨੇ ਇਹ ਜਿਹੜੀ ਉਪਰਾਲਾ ਕੀਤਾ, ਔਰ ਪਰਮਾਤਮਾ ਕਰੇ ਕਿ ਉਪਰਾਲਾ ਸਾਡਾ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰੇ। ਥੈਂਕ ਯੂ ਵੈਰੀ ਮੱਚ ਐਂਡ ਹੈਵ ਅ ਨਾਈਸ ਡੇ। ਹਾਂਜੀ, ਆਪਾਂ ਜਿਹੜਾ ਟੈਸਟ ਲਿਆ ਵਾ SLST ਸਕੂਲ ਲੈਵਲ ਸਕੋਲਰਸ਼ਿਪ ਟੈਸਟ, ਉਸ ਦੇ ਵਿੱਚ ਆ ਬੱਚੇ ਸਾਡੇ ਜਿਹੜੇ ਨੇ ਇਹ ਹਰ ਕਲਾਸ ਆਪਣੇ 6ਵੇਂ ਤੋਂ ਲੈ ਕੇ 10ਵੀਂ ਤੱਕ ਜਿਹੜੇ ਬੱਚੇ ਫਸਟ ਸੈਕਿੰਡ ਆਏ ਆ ਉਹਨਾਂ ਨੂੰ ਆਪਾਂ ਅੱਜ ਪ੍ਰਾਈਜ਼ ਦਿੱਤੇ ਨੇ। ਸਾਡੇ ਪ੍ਰਿੰਸੀਪਲ ਸਰ ਆਏ ਆ, ਉਹਨਾਂ ਵੀ ਪ੍ਰਾਈਜ਼ ਦਿੱਤੇ ਆ। ਗੱਲਬਾਤ ਵੀ ਹੁਣ ਆਪਾਂ ਕਰਾਂਗੇ ਬੱਚਿਆਂ ਨਾਲ। ਬੱਚਿਆਂ ਦੇ ਪੇਰੈਂਟਸ ਨੂੰ ਕਿਹਾ ਵੀ ਜ਼ਰੂਰ ਆਇਓ, ਪਰ ਸਿਰਫ 2 ਬੱਚੇ ਲੈ ਕੇ ਆਏ ਆ, ਬਾਕੀ ਬੱਚੇ ਤੁਹਾਨੂੰ ਸਾਰਿਆਂ ਨੂੰ ਕਿਹਾ ਲੈ ਕੇ ਆਓ ਪੇਰੈਂਟਸ ਨੂੰ, ਨਹੀਂ ਕਿਹਾ ਹੈਂ ਕਿਹੜਾ ਮੈਸੇਜ? ਅੱਛਾ ਅੱਛਾ ਠੀਕ ਆ, ਆਏ ਨਹੀਂ ਉਸ ਦਿਨ ਤੁਸੀਂ ਫਿਰ? ਚਲੋ, ਅਤੇ ਹੁਣ ਅੱਗੇ ਤੋਂ ਜਦੋਂ ਤੁਹਾਨੂੰ ਬੁਲਾਉਣਾ ਪੇਰੈਂਟਸ ਨੂੰ ਬੁਲਾਉਣਾ, ਠੀਕ ਹੈ ਬੱਚੇ? ਤੁਸੀਂ ਜ਼ਰੂਰ ਜਾ ਕੇ ਕਹਿਣਾ ਹੁੰਦਾ। ਹੁਣ ਟੈਸਟ ਹੋਏਗਾ ਤੁਹਾਡਾ ਸਤੰਬਰ ਮਹੀਨੇ ਵਿੱਚ, ਠੀਕ ਹੈ? ਉਸ ਵਿੱਚ ਤੁਹਾਨੂੰ 1000 ਰੁਪਇਆ ਮਿਲੇਗਾ, ਠੀਕ ਆ? ਉਸ ਤੋਂ ਬਾਅਦ ਵੀ ਮਿਲ ਸਕਦਾ, ਪਰ ਚਲੋ ਆਪਾਂ ਕੋਸ਼ਿਸ਼ ਕੀਤੀ ਵੀ 1000 ਤੁਹਾਨੂੰ ਦੇਵਾਂਗੇ, ਠੀਕ ਆ? ਅਤੇ ਹੁਣ ਬੱਚਿਆਂ ਨਾਲ ਆਪਾਂ ਗੱਲ ਕਰਦੇ ਹਾਂ। ਹਾਂਜੀ ਬੇਟੀ, ਤੁਸੀਂ ਫਸਟ ਆਏ ਹੋ, ਤੁਹਾਡਾ ਨਾਂ ਕੀ ਆ? ਰੰਜਨਾ। ਹੈਂ? ਰੰਜਨਾ। ਰੰਜਨਾ, ਠੀਕ ਆ, 6ਵੀਂ ਕਲਾਸ ਵਿੱਚ ਹੈ ਨਾ? ਅਤੇ ਤੁਹਾਡਾ ਪਿੰਡ ਕਿਹੜਾ? ਸ਼ਹਿਰਾ ਮੱਜਾ ਸਿੰਘ। ਸ਼ਹਿਰਾ ਮੱਜਾ ਸਿੰਘ। ਤੁਹਾਨੂੰ ਕਿੰਨੀ ਖੁਸ਼ੀ ਹੋ ਰਹੀ ਤੁਸੀਂ ਫਸਟ ਫਸਟ ਆਏ ਹੋ? ਬਹੁਤ ਜ਼ਿਆਦਾ। ਬਹੁਤ ਜ਼ਿਆਦਾ, ਠੀਕ ਹੈ। ਉੱਥੇ ਫਸਟ ਹੁੰਦੇ ਨੇ ਆਪਣੇ ਸਕੂਲ 'ਚ? ਹਾਂਜੀ, ਠੀਕ ਹੈ। ਬੇਟੀ ਆਪਣੇ ਸਕੂਲ 'ਚ ਫਸਟ ਆਉਂਦੀ ਰਹੀ ਆ ਪ੍ਰਾਇਮਰੀ ਸਕੂਲ 'ਚ, ਹੁਣ ਇੱਥੇ ਵੀ ਫਸਟ ਆਈ ਆ। ਹਾਂਜੀ, ਤੁਹਾਡਾ ਨਾਂ ਕੀ ਆ? ਅਭਿਜੋਤ ਸਿੰਘ। ਅਭਿਜੋਤ ਸਿੰਘ, ਕੀ ਤੁਸੀਂ ਆਏ ਆਪਣੇ ਫਸਟ ਸੈਕਿੰਡ ਆਏ ਨਾ? ਹਾਂਜੀ, ਠੀਕ ਹੈ। ਅੱਗੇ ਹੁਣ ਫਸਟ ਆਉਣਾ ਕਿ ਜਾਂ ਸੈਕਿੰਡ ਰਹਿਣਾ? ਫਸਟ। ਹੁਣ ਫਸਟ ਆਉਂਦੇ ਹੈਗੇ, ਅਸੀਂ ਆਪਾਂ ਜੰਗ ਕਰਨਾ, ਠੀਕ ਹੈ? ਪੜ੍ਹਾਈ ਕਰਨੀ ਦੱਬ ਕੇ, ਤੂੰ ਅੱਗੇ ਨਿਕਲਣਾ, ਤੂੰ ਅੱਗੇ ਨਿਕਲਣਾ, ਇਸ ਤਰ੍ਹਾਂ ਕਰ ਕਰਕੇ ਆਪਾਂ ਹੋਰ ਅੱਗੇ ਨਿਕਲਣਾ, ਠੀਕ ਹੈ? ਹਾਂਜੀ, ਆਹ ਮੁੰਡਾ ਬਹੁਤ ਬੀਬਾ ਆ, ਇਹਦੀ ਆਵਾਜ਼ ਵੀ ਬੜੀ ਸੋਹਣੀ ਆ, ਅਤੇ ਹੈ ਨਾ, ਬੜਦਾ ਬੜਾ ਵਧੀਆ, ਪੂਰੇ ਦੇ ਪੂਰੇ 10 ਨੰਬਰ ਲਏ ਬੱਚੇ ਨੇ। ਤੇਰਾ ਨਾਮ ਦੱਸੋ ਜੀ ਆਪਣਾ? ਅਗਮਦੀਪ ਸਿੰਘ। ਅਗਮਦੀਪ ਸਿੰਘ, ਹਾਂਜੀ। ਹੋਰ ਕੋਈ ਤੇਰੇ ਤੋਂ ਅੱਗੇ ਲੰਘ ਸਕਦਾ? ਨਹੀਂ। ਵਾਹ, ਕਲੈਪਿੰਗ ਕਰਾ ਦੇ ਬੱਚੇ। ਹਾਂਜੀ, ਤੁਹਾਡਾ ਨਾਂ? ਆਹ ਕੁੜੀ ਸੈਕਿੰਡ ਆਈ ਆ, ਰਾਜ ਅੰਜਨਾ। ਅੰਜਨਾ, ਬੜੀ ਬੀਬੀ ਕੁੜੀ ਆ। ਤੇ ਦੱਸੋ ਹੁਣ ਤੁਸੀਂ ਫਿਰ, ਤੁਹਾਨੂੰ ਚੰਗਾ ਲੱਗ ਰਿਹਾ ਇਹ ਪ੍ਰਾਈਜ਼ ਮਿਲ ਕੇ ਲੈ ਕੇ? ਹਾਂਜੀ। ਤੇ ਚੌਕਲੇਟ ਸਾਰੇ ਇਕੱਲੇ ਨੇ ਖਾਣੇ ਕਿ ਘਰ ਵੰਡਣੀਆਂ ਨੇ? ਇਕੱਠੀਆਂ ਨਾ ਖਾਣੀਆਂ ਅੱਜ ਸਾਰੀਆਂ? ਚੰਗਾ, ਵਿੱਚ ਕਿੰਨੀਆਂ ਹੈਗੀਆਂ? ਵੱਡੀਆਂ ਵੱਡੀਆਂ ਹੈਗੀਆਂ, ਚੰਗਾ ਅੱਧੀ ਅੱਧੀ ਖਾਏ, ਜਿਹੜੇ ਵੱਡੀ ਆ ਅੱਧੀ ਅੱਧੀ ਖਾਇਓ, ਤੇ ਪੜਾ ਹੁਣ ਅੱਗੇ ਵੱਧ ਪੜ੍ਹਨਾ ਘੱਟ ਪੜ੍ਹਨਾ? ਜੀ ਵੱਧ। ਹੁਣ ਟੈਸਟ ਕਦੋਂ ਹੋਣਾ? ਸਤੰਬਰ ਮਹੀਨੇ। ਸਤੰਬਰ ਮਹੀਨੇ ਵਿੱਚ ਉਦੋਂ ਤੁਹਾਨੂੰ ਮਿਲਣਾ ਆ 1000 ਰੁਪਇਆ ਮੈਂ, ਹੈ ਨਾ? ਠੀਕ ਆ। ਹਾਂਜੀ, ਫਿਰ ਅੱਧਾ ਨੰਬਰ ਤੋਂ ਘੱਟ ਆ, ਪਰ ਤੈਨੂੰ ਪ੍ਰਾਈਜ਼ ਨਹੀਂ ਮਿਲਣਾ, ਫਿਰ ਅਸੀਂ ਕੁਛ ਸੋਚਿਆ ਚਲੋ ਅੱਧਾ ਹੀ ਨੰਬਰ ਘੱਟ ਆ, ਤੁਹਾਨੂੰ ਪ੍ਰਾਈਜ਼ ਦੇ ਦਈਏ, ਹੈ ਨਾ? ਤੁਹਾਡਾ ਨਾਂ ਕੀ ਆ? ਰਾਜਵੀਰ ਸਿੰਘ। ਰਾਜਵੀਰ ਸਿੰਘ, ਠੀਕ ਆ। ਤੇ ਅੱਗੇ ਫਿਰ ਫਸਟ ਆਉਣਾ ਕਿ ਨਹੀਂ? ਫਸਟ ਆਉਣਾ ਹੈ। ਆਹ ਦੂਸਰੇ ਸੈਕਸ਼ਨ ਦਾ ਨਾ? ਹਾਂਜੀ। ਤੁਹਾਡਾ ਤੁਹਾਡਾ ਬੀ ਸੈਕਸ਼ਨ ਹੈ ਨਾ? ਮੁੰਡਾ ਬੀ ਸੈਕਸ਼ਨ ਦਾ। ਆਹ 2 ਬੱਚੇ ਕਿਹੜੇ ਆ? ਹੁਣ ਵੇਖੋ, ਇਹ ਉਹ ਬੀ ਸੈਕਸ਼ਨ ਦਾ ਇੱਕੋ ਆ, ਏ ਸੈਕਸ਼ਨ ਦੇ 2, ਤੁਸੀਂ ਰਲ ਕੇ ਦੱਬ ਕੇ ਦੋਵਾਂ ਨੇ ਮਿਹਨਤ ਕਰਨੀ, ਉਹਨੂੰ ਪਿੱਛੇ ਕਰਨਾ, ਹੈ ਨਾ? ਤਾਂ ਤੂੰ ਪਿੱਛੇ ਨਹੀਂ ਹੋਣ ਦੇਣਾ, ਚੰਗਾ? ਹਾਂਜੀ, 8ਵੀਂ ਕਲਾਸ? 8ਵੀਂ? ਤੁਸੀਂ ਨਵੇਂ ਆਏ ਹੋ? ਹਾਂਜੀ ਸਰ। ਕਿਹੜੇ ਸਕੂਲ ਤੋਂ ਆਏ? ਸਰ ਗੁਰੂ ਨਾਨਕ ਪਬਲਿਕ ਸਕੂਲ। ਗੁਰੂ ਨਾਨਕ ਪਬਲਿਕ ਸਕੂਲ ਤੋਂ ਬੱਚਾ ਆਇਆ ਆ। ਵਧੀਆ ਪੜ੍ਹਾਈ ਇੱਥੇ? ਹਾਂਜੀ ਸਰ। ਚੰਗਾ ਲੱਗਾ ਹੁਣ ਤੱਕ? ਹਾਂਜੀ। ਕਿੱਦਾਂ ਵੇਖੋ, ਕਿੰਨਾ ਵਧੀਆ ਕੰਪੀਟੀਸ਼ਨ ਹੋ ਰਿਹਾ ਹੈ ਨਾ? ਹੁਣ ਆਪਾਂ ਸਤੰਬਰ 'ਚ ਟੈਸਟ ਦੇਣਾ ਆ, ਉਹਦੇ ਵਿੱਚ ਵੀ ਤਿਆਰੀ ਕਰਨੀ। ਨਾਂ ਕੀ ਤੁਹਾਡਾ? ਸਰ ਐਸ਼ਮੀਤ ਕੌਰ। ਐਸ਼ਮੀਤ ਕੌਰ ਨਾਂ ਹੈ ਬੇਟੀ ਦਾ, ਅਤੇ ਇਹ ਫਸਟ ਆਈ ਨਾ? ਹਾਂਜੀ ਸਰ। ਹਾਂ, ਸ਼ਾਬਾਸ਼। ਦੂਸਰਾ ਬੱਚਾ ਇੱਕ ਨਹੀਂ ਆਇਆ ਨਾ? ਚਲ ਗਿਆ। ਹਾਂਜੀ, ਇਹ ਆ ਸਾਡੇ ਬੱਚੇ 10ਵੀਂ ਕਲਾਸ ਦੇ ਨੇ। ਤੁਹਾਡਾ ਨਾਂ ਕੀ ਆ? ਸੁਨੇਹਾ। ਸੁਨੇਹਾ, ਤੁਹਾਡਾ ਨਾਂ? ਜਪਨਪ੍ਰੀਤ। ਹੈਂ? ਜਪਨਪ੍ਰੀਤ। ਜਪਨਪ੍ਰੀਤ ਕੌਰ, ਬਹੁਤ ਵਧੀਆ, ਬਹੁਤ ਵਧੀਆ। ਅੱਗੇ ਹੋਰ ਮਿਹਨਤ ਕਰਨੀ, ਚੰਗਾ? ਤੁਸੀਂ ਦੱਸਿਓ ਹੁਣ ਆਪਣੇ ਬੱਚੇ ਬਾਰੇ। ਸਰ ਮੈਂ ਤੇ ਕੁਛ ਨਹੀਂ ਕਹਿ ਸਕਦੀ, ਪਰ ਇਹ ਕਿ ਮੇਰਾ ਬੱਚਾ ਮੇਰਾ ਜ਼ਿਆਦਾ ਕੇਅਰ ਕਰਦਾ ਵਾ, ਕਿਉਂਕਿ
ਥੋੜਾ ਚਿਰ ਪਹਿਲਾਂ ਮੈਂ ਬਹੁਤ ਬਿਮਾਰ ਸੀ ਤੇ ਉਦੋਂ ਦਾ ਥੋੜਾ ਜਿਹਾ ਬਹੁਤ ਸਹਿਮਿਆ, ਪਰ ਇਹ ਮੇਰੀ ਤੇ ਮੇਰੇ ਬੇਟੇ ਦੀ ਬਹੁਤ ਜ਼ਿਆਦਾ ਕੇਅਰ ਕਰ, ਬਹੁਤ ਵੀ ਘਰ ਪੜਦਾ ਪੜਦਾ ਪਰ ਘੱਟ ਵਾ, ਪਰ ਮਤਲਬ ਵੀ ਜ਼ਿਆਦਾ ਬਹੁਤ ਜ਼ਿਆਦਾ ਪਿਆਰ ਕਰਦਾ। ਵੈਸੇ ਮੇਰੀ ਇਹੋ ਕੋਸ਼ਿਸ਼ ਰਹਿੰਦੀ ਕਿ ਚਲੋ ਇਹ ਬਹੁਤ ਵਧੀਆ ਪੜ੍ਹੇ ਤੇ ਕੁਛ ਬਣ ਕੇ ਦੱਸੇ, ਕਿਉਂਕਿ ਅਸੀਂ ਜੋ ਮਤਲਬ ਦੇਖਣ ਡੇ ਹਾਂ ਸਾਡੇ ਨਾਲ ਵਧੀਆ ਲੱਗੇ। ਹਾਂਜੀ, ਨਾਲੇ ਨਵਾਂ ਬੱਚਾ ਟੀਚਰਾਂ ਦੀ ਨਜ਼ਰ ਪੈ ਗਈ ਤੇ ਪਹਿਲਾਂ ਸ਼ੁਰੂ ਸਾਹਮਣੇ ਆ ਗਿਆ ਬੱਚਾ ਜਿਹੜਾ ਸਾਹਮਣੇ ਆਉਂਦਾ ਹੈ ਨਾ ਉਹਦੇ ਵੱਲ। ਫਿਰ ਸਰ ਇਹਨੇ ਫੁੱਟਬਾਲ ਇੱਥੇ ਆਣ ਕੇ ਖੇਡਦਾ, ਮਤਲਬ ਫੁੱਟਬਾਲ ਦਾ ਇਹਦਾ ਜ਼ਿਆਦਾ ਵਾ ਕਿ ਮੈਂ ਫੁੱਟਬਾਲ ਖੇਡਣਾ, ਮੈਨੂੰ ਜਾਂ ਪਾ ਦਿਉ ਕਿ ਇੱਕ ਅਕੈਡਮੀ 'ਚ ਪਾ ਦਿਉ, ਪਰ ਮੈਂ ਨਹੀਂ ਕਿ ਚਲੋ ਪਹਿਲਾਂ ਪੜ੍ਹ ਲਏ ਮਤਲਬ ਕਿ ਪੜ੍ਹੇ ਕੁਛ ਅਤੇ ਫਿਰ ਫੁੱਟਬਾਲ ਵੀ ਨਾਲ ਨਾਲ ਖੇਡਣਾ। ਹਾਂਜੀ ਹਾਂਜੀ, ਸਾਡੇ ਸਕੂਲ ਵਿੱਚ ਨਾ ਸਾਡੇ ਸਕੂਲ ਦੀ ਟੀਮ ਹੈਗੀ, ਆਪਣੀ ਟੀਮ ਬਣਦੀ ਫੁੱਟਬਾਲ ਦੀ, ਸਾਡੇ ਸੋਮਲਾ ਸਰ ਨੇ ਬਹੁਤ ਵਧੀਆ ਮਤਲਬ ਸਕੂਲੇ ਪੜ੍ਹਾਉਣ ਦਿਖਾਲਦੇ ਆ, ਸਿਖਾਲਦੇ ਸਭ ਕੁਛ ਸਿਖਾਲਦੇ ਫੁੱਟਬਾਲ। ਹਾਂਜੀ ਹਾਂਜੀ, ਪਰ ਇਸ ਤਰ੍ਹਾਂ ਦੇ ਉਪਰਾਲੇ ਜਿਹੜੇ ਕਰ ਰਹੇ ਹੋ ਤੁਸੀਂ ਬਹੁਤ ਵਧੀਆ, ਇਹਦੇ ਨਾਲ ਬੱਚੇ 'ਚ ਕੰਪੀਟੀਸ਼ਨ ਦੀ ਭਾਵਨਾ ਵੱਧਦੀ ਹੈ। ਚਲੋ ਵਧੀਆ ਬੱਚਾ ਕਰਦਾ, ਕਿਉਂਕਿ ਸਾਡੇ ਨਾਲੋਂ ਜ਼ਿਆਦਾ ਬੱਚਾ ਤੁਹਾਡੇ ਤੇ ਬਿਲੀਵ ਜ਼ਿਆਦਾ ਕਰਦਾ, ਉਹਨੂੰ ਇਹ ਹੁੰਦਾ ਕਿ ਜੋ ਮੇਰੇ ਟੀਚਰ ਨੇ ਗਾਈਡਲਾਈਨ ਮੈਨੂੰ ਦਿੱਤੀ ਆ ਉਹ ਸਭ ਤੋਂ ਵਧੀਆ। ਉਹ ਸਾਨੂੰ ਵੀ ਕਈ ਵਾਰੀ ਗਲਤ ਕਰ ਦਿੰਦੇ, ਨਹੀਂ ਮੰਮਾ ਪਾਪਾ ਟੀਚਰ ਨੇ ਇਸ ਤਰ੍ਹਾਂ ਕਿਹਾ ਵਾ, ਤੇ ਇਹੀ ਸਹੀ ਆ, ਅਸੀਂ ਇਸੇ ਤਰ੍ਹਾਂ ਹੀ ਕਰਨਾ ਵਾ। ਠੀਕ ਹੈ, ਬਾਕੀ ਜੋ ਕੁਛ ਵੀ ਹੈ ਤੁਹਾਡਾ ਜ਼ਿਆਦਾ ਮਿਹਨਤ ਆ, ਕਿਉਂਕਿ ਬੱਚਿਆਂ ਦਾ ਜੋ ਵੀ ਪ੍ਰੋਗਰੈਸ ਹੁੰਦੀ ਉਹ ਪੇਰੈਂਟਸ ਨਾਲੋਂ ਟੀਚਰ ਤੇ ਜ਼ਿਆਦਾ ਡਿਪੈਂਡ ਕਰਦੀ ਹੈ। ਠੀਕ ਹੈ, ਸਾਰੀਆਂ ਕਲਾਸਾਂ ਵਿੱਚ ਇਕੱਲਾ ਬੱਚਾ ਜਿਹਨੇ ਪੂਰੇ ਨੰਬਰ ਲਏ, 10 ਤੋਂ 10 ਨੰਬਰ ਲਏ। ਠੀਕ ਹੈ, ਹੋਰ ਮਿਹਨਤ ਕਰੋ, ਚੰਗਾ। ਬਾਕੀ ਪੇਰੈਂਟਸ ਆਏ ਨਹੀਂ, ਸਾਰਿਆਂ ਨਾਲ ਆਪਾਂ ਗੱਲਬਾਤ ਕਰਨੀ। ਹੁਣ ਸਾਡੇ ਮੈਡਮ ਜਿਹਨਾਂ ਨੇ ਪੂਰਾ ਸਾਥ ਦਿੱਤਾ ਪੇਪਰ ਵਿੱਚ, ਮੈਂ ਆਪਣੇ ਕਿਹਾ ਚਲੋ ਮੈਡਮ ਨੂੰ ਪਹਿਲਾਂ ਮੈਨੂੰ ਫੋਨ ਕੀਤਾ ਵੀ ਸਰ ਮੇਰੀ ਡਿਊਟੀ ਲਗਾ ਲਿਓ ਆਪਣੇ ਪੇਪਰ ਜੋ ਕੰਡਕਟ ਕਰਨਾ ਉਹਦੇ ਵਿੱਚ, ਤੇ ਮੈਡਮ ਨੇ ਵੀ ਆਪਣੇ ਇੱਕ ਕਲਾਸ ਦੋ ਕਲਾਸਾਂ ਆਪਣੇ ਬਣਾਈਆਂ, ਇਕੱਠੀਆਂ ਬਿਠਾ ਕੇ ਬੱਚਿਆਂ ਦਾ ਟੈਸਟ ਲਿਆ, ਫਿਰ ਮੈਡਮ ਆਪੇ ਪੇਪਰ ਆਪਣੇ ਕੋਲ ਰੱਖ ਲਏ, ਕਹਿੰਦੇ ਆਪੇ ਚੈੱਕ ਕਰਨੇ ਆ। ਮੈਡਮ ਦਾ ਬਹੁਤ ਬਹੁਤ ਧੰਨਵਾਦ ਆ, ਇਹ ਵੀ ਮੈਡਮ ਬੜਾ ਐਫਰਟ ਕਰਦੇ ਬੱਚੇ ਵੀ ਚਲੋ ਮੇਨ ਜਿਹੜਾ ਦਾ ਕੰਮ ਬੱਚੇ ਦਾ ਪੜ੍ਹਨ ਵਾਲਾ ਉਹਦੇ ਵਿੱਚ ਬੱਚਿਆਂ ਨੂੰ ਉਤਸ਼ਾਹਿਤ ਕਰਨ ਵਿੱਚ ਬੜਾ ਯੋਗਦਾਨ ਪਾਉਂਦੇ ਨੇ ਮੈਡਮ, ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਜੀ, ਸਤਿ ਸ਼੍ਰੀ ਅਕਾਲ ਜੀ। ਗਵਰਨਮੈਂਟ ਸਕੂਲ, ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਨਸ਼ਹਿਰਾ ਮੱਝਾ ਸਿੰਘ ਵਿਖੇ ਇੱਕ ਬਹੁਤ ਹੀ ਵਧੀਆ ਉਪਰਾਲਾ ਸਾਡੇ ਸਰ ਸਰਦਾਰ ਦਲਜੀਤ ਸਿੰਘ ਵੱਲੋਂ ਕੀਤਾ ਗਿਆ ਹੈ, ਜਿਸ ਵਿੱਚ ਬੱਚਿਆਂ ਦੇ ਸਮਾਨਯ ਗਿਆਨ ਦਾ ਟੈਸਟ ਕੀਤਾ ਗਿਆ। ਇਹ ਟੈਸਟ ਬੱਚਿਆਂ ਨੂੰ ਅਸੀਂ ਪਹਿਲਾਂ ਕੁਛ ਨਹੀਂ ਸੀ ਇਸ ਬਾਰੇ ਦੱਸਿਆ ਹੋਇਆ, ਬੱਚਿਆਂ ਦਾ ਜੋ ਅੱਜ ਤੱਕ ਦਾ ਗਿਆਨ ਪ੍ਰਾਪਤੀ ਉਹਨਾਂ ਨੇ ਕੀਤੀ ਸੀ ਉਹਨਾਂ ਵਿੱਚ ਹੀ ਇੱਕ ਟੈਸਟ ਲਿਆ ਗਿਆ ਸੀ। ਇਸ ਟੈਸਟ ਵਿੱਚ ਜਿਹੜੇ ਬੱਚਿਆਂ ਨੇ ਫਸਟ, ਸੈਕਿੰਡ, ਥਰਡ ਪੋਜੀਸ਼ਨਸ ਹਾਸਲ ਕੀਤੀਆਂ ਹਨ ਉਹਨਾਂ ਨੂੰ ਅੱਜ ਇਨਾਮ ਦੇ ਕੇ ਉਹਨਾਂ ਦੇ ਪੇਰੈਂਟਸ ਨੂੰ ਬੁਲਾ ਕੇ ਸਨਮਾਨਿਤ ਕੀਤਾ ਗਿਆ ਹੈ। ਮੈਂ ਆਪਣੀ ਜ਼ਿੰਦਗੀ ਵਿੱਚ ਜੋ ਸਰਕਾਰੀ ਸਕੂਲਾਂ ਵਿੱਚ ਜਿਸ ਤਰ੍ਹਾਂ ਦੇ ਇਵੈਂਟ ਹੁੰਦੇ ਹਨ, ਮੈਂ ਪਹਿਲੀ ਵਾਰੀ ਦੇਖ ਰਹੀ ਹਾਂ ਕਿ ਸਾਡੇ ਸਕੂਲ ਵਿੱਚ ਸਾਡੇ ਸਰ ਦੀ ਬਦੌਲਤ ਬਹੁਤ ਅੱਛਾ ਇੱਕ ਇਵੈਂਟ ਕੀਤਾ ਗਿਆ ਹੈ, ਜਿਸ ਨਾਲ ਬੱਚਿਆਂ ਨੂੰ ਇਨਕਰੇਜਮੈਂਟ ਮਿਲੇਗੀ, ਬੱਚੇ ਹੋਰ ਜ਼ਿਆਦਾ ਮਿਹਨਤ ਕਰਨਗੇ ਅਤੇ ਮੋਟੀਵੇਟ ਹੋ ਕੇ ਆਪਣੀ ਜ਼ਿੰਦਗੀ ਨੂੰ ਸਫਲ ਬਣਾਉਣਗੇ। ਸੋ ਅਸੀਂ ਆਸ ਕਰਦੇ ਹਾਂ ਕਿ ਇਹਨਾਂ ਬੱਚਿਆਂ ਤੋਂ ਇਲਾਵਾ ਹੋਰ ਬੱਚੇ ਵੀ ਅਗਲੀ ਵਾਰੀ ਚੰਗੇ ਨੰਬਰ ਲੈਣਗੇ ਅਤੇ ਇਹਨਾਂ ਹੀ ਬੱਚਿਆਂ ਵਾਂਗ ਚਮਕਣਗੇ। ਸੋ ਅਗਲੇ ਟੈਸਟ ਦੀ ਅਸੀਂ ਅੱਜ ਹੀ ਅਨਾਊਂਸਮੈਂਟ ਕਰ ਦਿੰਦੇ ਹਾਂ, ਅਗਲਾ ਟੈਸਟ ਜੋ ਹੈ ਉਹ ਸਪਤੰਬਰ ਮੰਥ 'ਚ ਲਿਆ ਜਾਏਗਾ। ਸਾਰੇ ਬੱਚਿਆਂ ਨੂੰ ਅਸੀਂ ਦੱਸ ਦਈਏ ਕਿ ਅਗਲਾ ਟੈਸਟ ਵੀ ਇਸ ਤਰ੍ਹਾਂ ਹੀ ਲਿਆ ਜਾਏਗਾ, ਜਿਸ ਵਿੱਚ ਬੱਚਿਆਂ ਨੂੰ ਬਿਲਕੁਲ ਨਕਲ ਕਰਨ ਦੀ ਇਜਾਜ਼ਤ ਨਹੀਂ ਹੋਏਗੀ। ਬਹੁਤ ਹੀ ਸਖਤੀ ਨਾਲ ਇਹ ਟੈਸਟ ਲਿਆ ਜਾਏਗਾ ਤਾਂ ਕਿ ਬੱਚਿਆਂ ਦੇ ਅੰਦਰ ਪਤਾ ਚੱਲ ਸਕੇ ਕਿ ਬੱਚਿਆਂ ਨੂੰ ਕਿੰਨਾ ਗਿਆਨ ਹੋਇਆ, ਜੋ ਇਹਨਾਂ ਦੇ ਅਧਿਆਪਕਾਂ ਨੇ ਇਹਨਾਂ ਨੂੰ ਪੜ੍ਹਾਇਆ, ਇਹਨਾਂ ਦੇ ਮਾਤਾ ਪਿਤਾ ਨੇ ਮਿਹਨਤ ਕੀਤੀ, ਅਤੇ ਇਹਨਾਂ ਬੱਚਿਆਂ ਦੇ ਉੱਤੇ ਕੀ ਅਸਰ ਹੋ ਰਿਹਾ ਹੈ ਸਕੂਲ ਦੇ ਇਨਵਾਇਰਮੈਂਟ ਦਾ, ਸਕੂਲ ਦੀ ਪੜ੍ਹਾਈ ਦਾ।
ਸੋ ਬੜੀ ਕੀ ਕਹਿੰਦੇ ਆ ਅਸੀਂ ਕਹਾਂਗੇ ਕਿ ਮੁਬਾਰਕਬਾਦ ਹੈ ਜਿੰਨਾ ਬੱਚਿਆਂ ਨੂੰ ਇਹਨਾਂ ਪੇਰੈਂਟਸ ਨੂੰ, ਤੇ ਸਭ ਤੋਂ ਜ਼ਿਆਦਾ ਮੁਬਾਰਕਬਾਦ ਦੇ ਹੱਕਦਾਰ ਹਨ ਸਾਡੇ ਸਰਦਾਰ ਦਲਜੀਤ ਸਿੰਘ ਜੀ, ਪੂਰੀ ਟੀਮ ਨਸ਼ਹਿਰਾ ਮੱਝਾ ਸਿੰਘ। ਸੋ ਅਸੀਂ ਆਸ ਕਰਦੇ ਹਾਂ ਕਿ ਸਾਡੇ ਅਗਲੇ ਟੈਸਟ ਵੀ ਇਸ ਤਰ੍ਹਾਂ ਹੀ ਸਫਲਤਾਪੂਰਵਕ ਹੋਣਗੇ। ਥੈਂਕ ਯੂ ਜੀ। ਨਵੇਂ ਬੱਚੇ ਤਾਂ ਕਰਦੇ ਬੜੀ ਬੜੀ ਚੀਜ਼।